ਨਸ਼ਾ ਤਸਕਰੀ ਖਿਲਾਫ਼ ਪੰਜਾਬ ਸਰਕਾਰ ਦੀ ਮੁਹਿੰਮ ਤਹਿਤ ਕਾਰਵਾਈ ਨੂੰ ਅੰਜਾਮ ਦਿੰਦਿਆਂ ਲੁਧਿਆਣਾ SDF ਰੇਂਜ ਦੇ ਵੱਲੋਂ ਨਸ਼ਾ ਤਸਕਰ ਆਕਾਸ਼ ਚੋਪੜਾ ਉਰਫ ਹਨੀ ਦੇ ਕਰੀਬ 55 ਲੱਖ ਰੁਪਏ ਦੀ ਚੱਲ ਅਤੇ ਅਚਲ ਸੰਪਤੀ ਨੂੰ ਫਰੀਜ਼ ਕਰ ਦਿੱਤਾ ਗਿਆ ਅਤੇ ਉਸਦੇ ਘਰ ਦੇ ਬਾਹਰ ਨੋਟਿਸ ਚਿਪਕਾ ਦਿੱਤੇ ਗਏ ਨੇ। ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ASI ਸੁਖਵਿੰਦਰ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰ ਆਕਾਸ਼ ਚੋਪੜਾ, ਉਸਦੀ ਪਤਨੀ ਅਲੀਸ਼ਾ ਚੋਪੜਾ ਅਤੇ ਉਸਦਾ ਭਰਾ ਬਨੀ ਚੋਪੜਾ ਕਾਫ਼ੀ ਸਮੇਂ ਤੋਂ ਨਸ਼ਾ ਤਸਕਰੀ ਦਾ ਧੰਦਾ ਕਰ ਰਹੇ ਸਨ, ਜਿਨ੍ਹਾਂ 'ਤੇ NDPS ਐਕਟ ਦੇ ਅਧੀਨ ਕਈ ਮਾਮਲੇ ਦਰਜ ਨੇ ਅਤੇ ਉਹ ਲੁਧਿਆਣਾ ਸੈਂਟਰਲ ਜੇਲ੍ਹ ਵਿੱਚ ਬੰਦ ਨੇ। ਇਹਨਾਂ ਵਿੱਚੋਂ ਬਨੀ ਚੋਪੜਾ ਕੁਝ ਦਿਨ ਪਹਿਲਾਂ ਹੀ ਜ਼ਮਾਨਤ 'ਤੇ ਬਾਹਰ ਆਇਆ ਸੀ ਅਤੇ ਮੁੜ ਤੋਂ ਨਸ਼ਾ ਤਸਕਰੀ ਮਾਮਲੇ ਦੇ ਵਿੱਚ CIA ਸਟਾਫ ਨੇ 290 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਸੀ। ਮੁਲਜ਼ਮਾਂ ਨੇ ਨਸ਼ੇ ਦੇ ਇਸ ਕਾਰੋਬਾਰ ਤੋਂ 8 ਕਾਰਾਂ, 3 ਮੋਟਰਸਾਈਕਲਾਂ ਤੋਂ ਇਲਾਵਾ ਪ੍ਰੋਪਰਟੀ ਬਣਾਈ ਸੀ। 2022 ਵਿੱਚ ਮੁਲਜ਼ਮਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 3 ਕਿਲੋ ਦੇ ਕਰੀਬ ਹੈਰੋਇਨ, 8 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਸੀ। ਪੁਲਿਸ ਦਾ ਕਹਿਣਾ ਕਿ ਨਸ਼ਾ ਤਸਕਰੀ ਖਿਲਾਫ਼ ਇੱਕ ਕਾਰਵਾਈ ਪੰਜਾਬ ਸਰਕਾਰ ਦੇ ਨਿਰਦੇਸ਼ਾਂ 'ਤੇ ਕੀਤੀ ਗਈ ਹੈ ਅਤੇ ਆਉਂਦੇ ਦਿਨਾਂ ਦੇ ਵਿੱਚ ਹੋਰ ਵੀ ਸਖ਼ਤੀ ਕੀਤੀ ਜਾਵੇਗੀ। ਸਰ, ਅੱਜ ਤੁਹਾਡੀ SDF ਪਾਰਟੀ ਵੱਲੋਂ ਜਾਂ ਅੱਜ ਇੱਕ ਘਰ ਦੇ ਬਾਅਦ ਨੋਟਿਸ ਲਗਾਇਆ ਗਿਆ, ਕੀ ਮਾਮਲਾ ਸਰ? ਮੈਂ ASI ਸੁਖਵਿੰਦਰ ਸਿੰਘ, ਸਪੈਸ਼ਲ ਟਾਸਕ ਫੋਰਸ ਲੁਧਿਆਣਾ ਰੇਂਜ ਸਮੇਤ ਪੁਲਿਸ ਪਾਰਟੀ ਦੇ ਮਾਣਯੋਗ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਨਸ਼ਿਆਂ ਦੇ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਮਾਣਯੋਗ AIG ਸਪੈਸ਼ਲ ਟਾਸਕ ਫੋਰਸ ਲੁਧਿਆਣਾ ਰੇਂਜ ਜੀ ਦੀ ਅਗਵਾਈ ਹੇਠ ਨਸ਼ੇ ਤਸਕਰ ਆਕਾਸ਼ ਚੋਪੜਾ ਉਰਫ ਹਣੀ ਪੁੱਤਰ ਸੰਜੇ ਚੋਪੜਾ ਵਾਸੀ ਗਲੀ ਨੰਬਰ 1/3 ਗੁਰਮੇਲ ਪਾਰਕ ਟਿੱਬਾ ਰੋਡ, ਉਸ ਦੀ ਪਤਨੀ ਅਲੀਸ਼ਾ ਚੋਪੜਾ ਅਤੇ ਭਰਾ ਬਨੀ ਚੋਪੜਾ, ਜਿਨ੍ਹਾਂ ਦੇ ਬਰਖਿਲਾਫ਼ ਨਸ਼ਾ ਤਸਕਰੀ ਦੇ ਮੁਕੱਦਮੇ ਦਰਜ ਹਨ, ਦੀ ਕਰੀਬ 55 ਲੱਖ ਰੁਪਏ ਦੀ ਚੱਲ ਅਤੇ ਅਚਲ ਜਾਇਦਾਦ ਕੰਪੀਟੈਂਟ ਅਥਾਰਟੀ ਦਿੱਲੀ ਪਾਸੋਂ ਫਰੀਜ ਕਰਵਾ ਕੇ ਉਹਨਾਂ ਦੀਆਂ ਕਾਪੀਆਂ ਆਰੋਪੀਆਂ ਦੇ ਘਰ ਦੇ ਬਾਹਰ ਚਪਕਾ ਦਿੱਤੀਆਂ ਗਈਆਂ ਹਨ। ਸਰ, ਇਹਨਾਂ 'ਤੇ ਕਿਹੜੇ ਮੁਕੱਦਮੇ ਕਿਹੜੇ ਨੇ, ਕਦੋਂ ਦਾ ਮੁਕੱਦਮਾ ਹੈ ਜਿਹਦੇ ਅਗੇਂਸਟ ਤੁਸੀਂ ਅੱਜ ਇਹ ਨੋਟਿਸ ਲਾਇਆ? ਇਹ ਮੁਕੱਦਮਾ ਨੰਬਰ ਜੀ 133, ਮਿਤੀ 22/6/2022, ਅਧੀਨ ਧਾਰਾ NDPS ਐਕਟ, ਥਾਣਾ SDF ਮੋਹਾਲੀ, ਫੇਸ 4, SAS ਨਗਰ। ਸਰ, ਇਹਨਾਂ ਕੋਲੋਂ ਕੀ ਬਰਾਮਦ ਹੋਇਆ ਸੀ ਉਸ ਟਾਈਮ ਜਦੋਂ? ਇਹਨਾਂ ਕੋਲੋਂ ਉਸ ਟਾਈਮ 1 ਕਿਲੋ 250 ਗ੍ਰਾਮ ਹੈਰੋਇਨ ਮੌਕੇ ਤੋਂ, ਫਿਰ ਦੋਸ਼ੀ ਦੇ ਘਰੋਂ 800 ਗ੍ਰਾਮ ਹੈਰੋਇਨ, 8 ਲੱਖ ਰੁਪਏ ਭਾਰਤੀ ਕਰੰਸੀ, ਡਰੱਗ ਮਨੀ, 8 ਕਾਰਾਂ, 3 ਮੋਟਰਸਾਈਕਲ, 1 ਐਕਟਿਵਾ ਸਕੂਟਰੀ ਅਤੇ 1 ਮੈਸਟਰੋ ਸਕੂਟਰੀ ਬਰਾਮਦ ਕੀਤੀਆਂ ਸਨ। ਇਹਨਾਂ ਵਹੀਕਲਾਂ ਦੇ ਵਿੱਚ 2 ਲਗਜ਼ਰੀ ਕਾਰਾਂ ਸਨ। ਸਰ, ਇਹਨਾਂ ਦੇ ਵਿੱਚ ਕਿੰਨੇ ਦੋਸ਼ੀ ਸੀਗੇ ਜਿਹੜੇ ਅਰੈਸਟ ਕੀਤੇ ਸੀ? ਉਦੋਂ ਜਿਹੜੇ ਅਰੈਸਟ ਕੀਤੇ ਸੀ ਜੀ, ਇਹਨਾਂ ਦੇ ਵਿੱਚ ਟੋਟਲ 4 ਸੀ, ਇੱਕੇ ਪਰਿਵਾਰ ਦੇ 3 ਦੋਸ਼ੀ ਸੀ। ਠੀਕ ਹੈ। ਸਰ, ਹੁਣ ਇਹਨਾਂ 'ਤੇ ਅੱਜ ਸਿਰਫ ਇਹ ਨੋਟਿਸ ਲਗਾਇਆ ਗਿਆ? ਹਾਂਜੀ ਹਾਂਜੀ, 1 ਨੋਟਿਸ ਲਾਇਆ ਜੀ।